ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਅਚਾਨਕ ਹੋਇਆ ਕੀ ਹੈ? ਕਿਸ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤ ਹਾਸਲ ਕਰਦੇ ਨੇ, ਕਿਸ ਤਰ੍ਹਾਂ ਇਹ ਸੀਟ ਜਿੱਤੀ ਜਾਂਦੀ ਹੈ? ਬਾਦਲਾਂ ਦਾ ਜਿਹੜਾ ਗੜ ਮੰਨਿਆ ਜਾਂਦਾ, ਬਾਦਲਾਂ ਦਾ ਜਿਹੜਾ ਕਿਲ੍ਹਾ ਮੰਨਿਆ ਜਾਂਦਾ, ਉਹ ਬਰਕਰਾਰ ਰਹਿੰਦਾ ਬਠਿੰਡੇ ਦੇ ਵਿੱਚ, ਔਰ ਕੀ ਅਸਾਰ ਬਣਦੇ ਨੇ? ਇਹਨਾਂ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ, ਸੁਣੀਆਂ ਗਈਆਂ ਨੇ। ਪਰ ਇੱਥੇ ਜੀਤ ਮਹਿੰਦਰ ਸਿੱਧੂ ਜਿਹੜੇ ਅਕਾਲੀ ਦਲ 'ਚ ਵੀ ਰਹਿ ਚੁੱਕੇ ਨੇ ਔਰ ਕਾਂਗਰਸ 'ਚ ਵੀ ਰਹਿ ਚੁੱਕੇ ਨੇ ਔਰ ਹਾਲ ਹੀ ਦੇ ਵਿੱਚ ਕਾਂਗਰਸ ਦੇ ਵੱਲੋਂ ਉਮੀਦਵਾਰ ਸਨ, ਉਹ ਕਿਵੇਂ ਹਾਰ ਗਏ? ਜੀਤ ਮਹਿੰਦਰ ਸਿੱਧੂ ਜਿਹਨਾਂ ਦੀ ਕੈਂਪੇਨ ਦੇ ਵਿੱਚ ਆਪ ਸਿੱਧੂ ਮੂਸੇਵਾਲੇ ਦੇ ਪਿਤਾ ਆਪ ਪਹੁੰਚੇ ਸੀਗੇ, ਜਿਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੁਖਪਾਲ ਖਹਿਰਾ ਵੀ ਖੜ੍ਹਦੇ ਰਹੇ ਨੇ, ਉਹੀ ਜੀਤ ਮਹਿੰਦਰ ਸਿੱਧੂ ਤੀਜੇ ਨੰਬਰ 'ਤੇ ਆਉਂਦੇ ਨੇ, ਦੂਜੇ ਵੀ ਨਹੀਂ ਤੀਜੇ ਨੰਬਰ ਦੇ ਉੱਤੇ। 2,02,000 ਦੇ ਕਰੀਬ ਵੋਟਾਂ ਉਹਨਾਂ ਨੂੰ ਪੈਂਦੀਆਂ ਨੇ ਔਰ ਉਹਨਾਂ ਤੋਂ ਉੱਪਰ ਆਮ ਆਦਮੀ ਪਾਰਟੀ ਰਹਿੰਦੀ ਹੈ, ਗੁਰਮੀਤ ਸਿੰਘ ਖੁੰਡੀਆਂ ਰਹਿੰਦੇ ਨੇ, ਪਰ ਪਹਿਲਾ ਨੰਬਰ ਹਾਸਲ ਕੀਤਾ ਜਾਂਦਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ। ਪਰ ਆਪਣੀ ਇਸ ਕਰਾਰੀ ਹਾਰ ਦੇ ਬਾਵਜੂਦ ਅਜੇ ਤੱਕ ਚੁੱਪ ਸਨ ਜੀਤ ਮਹਿੰਦਰ ਸਿੱਧੂ, ਪਰ ਹੁਣ ਉਹਨਾਂ ਨੇ ਚੁੱਪੀ ਤੋੜੀ ਹੈ। ਚੁੱਪੀ ਐਸੀ ਤੋੜੀ ਹੈ ਕਿ ਬੋਲਣ ਲੱਗਿਆਂ ਉਹਨਾਂ ਦਾ ਰੋਣਾ ਨਿਕਲ ਗਿਆ ਔਰ ਉਹਨਾਂ ਨੇ ਸਾਰੀਆਂ ਚੀਜ਼ਾਂ ਵਿਸਥਾਰਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਇਹ ਹਾਰ ਹੋਈ ਕਿਸ ਤਰ੍ਹਾਂ ਆ, ਕਿਸ ਦੇ ਕਾਰਨ ਉਹ ਹਾਰੇ ਨੇ, ਜੀਤ ਮਹਿੰਦਰ ਸਿੱਧੂ ਦੀ ਹਾਰ ਦਾ ਕਾਰਨ ਕੀ ਰਿਹਾ, ਉਹ ਬੋਲਦੇ ਦੱਸਦੇ ਨਜ਼ਰ ਆਏ ਨੇ। ਪਰ ਸਿਰਫ ਜੀਤ ਮਹਿੰਦਰ ਸਿੱਧੂ ਦੀ ਹਾਰ ਨੂੰ ਇੱਕ ਤਰਫੇ ਨਜ਼ਰੀਏ ਦੇ ਨਾਲ ਨਹੀਂ ਦੇਖਣਾ ਚਾਹੀਦਾ। ਜੀਤ ਮਹਿੰਦਰ ਸਿੱਧੂ ਨੂੰ ਹਾਰ ਤਾਂ ਮਿਲੀ ਹੈ, ਪਰ ਇੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਕੰਪੈਰੇਟਿਵਲੀ ਜ਼ਿਆਦਾ ਐਵਰੇਜ ਦੇ ਨਾਲ ਜਿੱਤੇ ਨੇ। ਇੱਥੇ ਜੋ ਹਾਲਾਤ ਬਣੇ ਨੇ ਬਠਿੰਡਾ ਦੇ ਵਿੱਚ, ਉਹਨਾਂ ਦੇ ਆਧਾਰ ਦੇ ਉੱਤੇ ਜੇ ਗੱਲ ਕਰੀਏ, ਗੁਰਮੀਤ ਸਿੰਘ ਖੁੰਡੀਆਂ ਨੇ ਬੜੀ ਕਰਾਰੀ ਟੱਕਰ ਦਿੱਤੀ ਹੈ, ਪਰ ਤਾਂ ਵੀ ਇੱਕ ਲੰਮੇ ਇੱਕ ਵੱਡੇ ਐਵਰੇਜ ਦਾ ਜਿਹੜਾ ਉਹ ਫਰਕ ਰਿਹਾ। ਪਰ ਇਸ ਤੋਂ ਪਹਿਲਾਂ 2019 ਦੀਆਂ ਚੋਣਾਂ ਵੀ ਦੇਖ ਲਈਆਂ ਜਾਣ, ਉਹਨਾਂ ਦੇ ਵਿੱਚ ਐਵਰੇਜ ਇੰਨਾ ਜ਼ਿਆਦਾ ਨਹੀਂ ਸੀ, ਪਰ ਹੁਣ ਇੰਨਾ ਜ਼ਿਆਦਾ ਕਿਵੇਂ? ਉਹ ਵੀ ਉਸ ਵੇਲੇ ਜਦੋਂ ਬਾਦਲ ਪਰਿਵਾਰ ਦੀਆਂ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨ ਸਥਿਤੀ ਜਿਹੜੀ ਹੈ ਉਹ ਡਾਵਾਂਡੋਲ ਹੈ। ਇੱਥੇ ਆ ਕੇ ਹਾਲਾਤ ਜਿਹੜੇ ਹੈ ਉਹ ਸੋਚਣ ਲਈ ਮਜਬੂਰ ਕਰਦੇ ਨੇ ਔਰ ਸਵਾਲ ਪਹਿਲਾਂ ਵੀ ਚੁੱਕੇ ਜਾਂਦੇ ਰਹੇ ਨੇ। ਲੱਖਾ ਸਿਧਾਣਾ ਦੀ ਐਂਟਰੀ ਨੂੰ ਲੈ ਕੇ ਬੜੇ ਸਵਾਲ ਚੁੱਕੇ ਗਏ ਨੇ, ਲੱਖਾ ਸਿਧਾਣਾ ਕਿਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਆਉਂਦੇ ਨੇ, ਇਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਫਿੱਟ ਹੁੰਦੇ ਨੇ, ਇਹ ਆਪਣੇ ਆਪ ਦੇ ਵਿੱਚ ਬੜੇ ਸਵਾਲ ਖੜ੍ਹਦੇ ਨੇ। ਪਰ ਗੱਲ ਇੱਥੇ ਖੜ੍ਹਦੀ ਹੈ ਕਿ ਕੀ ਲੱਖਾ ਸਿਧਾਣਾ ਇੱਕ ਕਾਰਨ ਰਹੇ ਹੈ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ, ਇਹ ਆਪਣੇ ਆਪ ਦੇ ਵਿੱਚ ਇੱਕ ਵਿਵਾਦਿਤ ਬਿਆਨ ਹੈਗਾ ਆ ਕਿਹਾ ਜਾ ਸਕਦਾ, ਕਿਉਂਕਿ ਲੱਖਾ ਸਿਧਾਣਾ ਦੀ ਆਪਣੀ ਇੱਕ ਹਸਤੀ ਹੈ, ਪਰ ਉਸ ਹਸਤੀ ਨੂੰ ਸਵਾਲਾਂ ਦੇ ਨਾਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ, ਹੁਣ ਤੱਕ ਕੀਤੀ ਜਾਂਦੀ ਰਹੀ ਹੈ, ਪਰ ਇਹਦਾ ਅਸਲ ਜਵਾਬ ਕੀ ਹੈ ਉਹ ਸ਼ਾਇਦ ਕਦੇ ਨਾ ਹਾਸਲ ਹੋ ਸਕੇ। ਕਿਆਸਰਾਈਆਂ ਦੇ ਵਿੱਚ ਬਹੁਤ ਕੁਝ ਸਾਹਮਣੇ ਆਉਂਦਾ। ਪਰ ਦੂਜੀ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ, ਜੀਤ ਮਹਿੰਦਰ ਸਿੱਧੂ ਦੀ, ਅਤੇ ਜੀਤ ਮਹਿੰਦਰ ਸਿੱਧੂ ਜਿਹੜੇ ਨੇ ਉਹ ਆਪਣੀ ਹਾਰ ਦਾ ਮੁਜ਼ਾਹਰਾ ਕਰਦੇ ਨਜ਼ਰ ਆ ਰਹੇ ਨੇ, ਰੋਂਦੇ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਕਾਰਨ ਦੱਸਦੇ ਨਜ਼ਰ ਆ ਰਹੇ ਨੇ ਕਿ ਆਖਿਰਕਾਰ ਕੀ ਕਾਰਨ ਬਣੇ ਨੇ ਔਰ ਬਠਿੰਡੇ ਦੀ ਸਿਆਸਤ ਕਿਸ ਤਰ੍ਹਾਂ ਅਚਾਨਕ ਬਦਲੀ ਹੈ, ਕੀ ਕੁਝ ਹੋਇਆ ਬਠਿੰਡੇ ਦੇ ਵਿੱਚ। ਹਰ ਇੱਕ ਚੀਜ਼ ਜੋ ਜੀਤ ਮਹਿੰਦਰ ਸਿੱਧੂ ਨੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਾਂ, ਆਓ ਸੁਣਦੇ ਹਾਂ ਕੀ ਬੋਲੇ ਨੇ। ਚੰਦ ਦਿਨ ਪਹਿਲਾਂ ਹੀ ਇਲੈਕਸ਼ਨ ਲੜ ਕੇ ਖੱਟੇ ਹਾਂ, ਤੁਸੀਂ ਸਾਰਿਆਂ ਨੇ ਜਿੰਨਾ ਜਿਹੜਾ ਯੋਗਦਾਨ ਸੀ ਉਹ ਪਾ ਕੇ ਮਿਹਨਤ ਕੀਤੀ ਅਤੇ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਬਤੌਰ ਕਾਂਗਰਸ ਪਾਰਟੀ ਦਾ ਉਮੀਦਵਾਰ ਹੋ ਕੇ ਇੱਥੇ ਇਲੈਕਸ਼ਨ ਲੜਿਆ, ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਣੇ ਵਰਕਰ ਸਾਹਿਬਾਨ ਦਾ ਸਾਰਿਆਂ ਨੂੰ ਇਕੱਠੇ ਕਰਕੇ ਦਿਲੋਂ ਧੰਨਵਾਦ ਕਰਦਾ। ਸੋ ਮੈਂ ਤੁਹਾਡਾ ਸਾਰਿਆਂ ਦਾ ਇਸ ਇਲੈਕਸ਼ਨ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਤੁਸੀਂ ਕੰਮ ਕੀਤਾ ਉੱਥੇ ਤੁਸੀਂ ਮੈਨੂੰ ਬਤੌਰ ਉਮੀਦਵਾਰ ਮਾਨ ਦਿੱਤਾ, ਸਤਿਕਾਰ ਦਿੱਤਾ, ਇੱਜ਼ਤ ਦਿੱਤੀ ਅਤੇ ਮੇਰਾ ਸਾਥ ਦੇ ਕੇ
ਮੈਨੂੰ ਤੁਸੀਂ ਇੱਥੋਂ ਵੋਟਾਂ ਪਵਾਈਆਂ, ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਮੇਰੇ ਤੋਂ ਪਹਿਲਾਂ ਬਹੁਤ ਬੁਲਾਰਿਆਂ ਨੇ ਆਪਦੀ ਗੱਲ ਰੱਖੀ ਤੁਹਾਡੇ ਸਾਹਮਣੇ। ਦੇਖੋ ਮੈਂ ਉਸ ਪਾਸੇ ਨਹੀਂ ਜਾਂਦਾ, ਕਿਉਂਕਿ ਅੱਜ ਜਿਹੜਾ ਦਿਨ ਹੈ ਨਾ, ਅੱਜ ਮੇਰਾ ਮਨ ਸਿਰਫ ਇਹ ਸੀ ਕਿ ਮੈਂ ਆਪਦੇ ਵਰਕਰ ਦਾ, ਆਪਦੇ ਲੀਡਰ ਸਾਹਿਬਾਨ ਦਾ, ਆਪਦੇ ਕਾਂਗਰਸ ਦੇ ਹਰ ਇੱਕ ਵਰਕਰ ਦਾ ਧੰਨਵਾਦ ਕਰਾਂ। ਜਿਹੜੀ ਗੱਲ ਮੰਥਨ ਦੀ ਹੈ, ਜਿਹੜੀ ਗੱਲ ਤੁਹਾਡੇ ਸਾਰਿਆਂ ਦੇ ਮਨ 'ਚ ਹੈ ਅਤੇ ਮੇਰੇ 'ਚ ਵੀ ਹੋਣੀ ਹੈ ਕਿ ਕਾਰਨ ਕੀ ਬਣਿਆ, ਉਸ ਪਾਸੇ ਅੱਜ ਮੈਂ ਜਾਂਦਾ ਨਹੀਂ, ਕਿਉਂਕਿ ਕਾਰਨ ਮੈਨੂੰ ਪਤਾ। ਮੈਨੂੰ ਇੱਕ ਇੱਕ ਵਰਕਰ ਬਾਰੇ, ਇੱਕ ਇੱਕ ਬੂਥ ਬਾਰੇ ਸਾਰੀ ਗੱਲ ਮੈਂ ਪਿਛਲੇ ਲਗਭਗ ਇੱਕ ਹਫ਼ਤੇ ਤੋਂ, ਜਦ ਤੋਂ ਰਿਜ਼ਲਟ ਆਇਆ, ਮੈਂ ਇੱਕੋ ਕੰਮ ਕੀਤਾ। ਅਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਲੇ ਮੈਂ ਚੰਡੀਗੜ੍ਹ ਨਹੀਂ ਗਿਆ, ਬਠਿੰਡੇ ਹੀ ਰਿਹਾ, ਹਲੇ ਨਹੀਂ ਗਿਆ। ਕਿਉਂ ਨਹੀਂ ਗਿਆ? ਕਿਉਂਕਿ ਮੈਨੂੰ ਮੇਰੇ ਮਨ 'ਚ ਸੀ ਕਿ ਜੇ ਇੱਕ ਵਾਰ ਮੈਂ ਬਠਿੰਡਾ ਕਿਤੇ ਚਲੇ ਗਿਆ, ਮੈਂ ਆਪਦੇ ਕੰਮਾਂ 'ਚ ਲੱਗ ਜੂੰਗਾ, ਜਿਹੜਾ ਕੰਮ ਮੈਂ ਚਾਹੁੰਦਾ ਕਰੂੰਗਾ। ਉਹ ਜੇ ਲੰਬਾ ਪੈ ਗਿਆ, ਸ਼ਾਇਦ ਮੈਨੂੰ ਉਹ ਗੱਲਾਂ 10 ਦਿਨ ਬਾਅਦ, 15 ਦਿਨ ਬਾਅਦ ਨਾ ਪਤਾ ਲੱਗਣ। ਸੋ ਮੈਂ ਸਾਰਾ ਕੁਛ ਸੱਚੀ ਦੱਸਾਂ ਕੱਢੀ ਬੈਠਾ ਅਤੇ ਮੇਰੇ ਕੋਲ ਹੈ। ਅਤੇ ਜਿਹੜਾ ਕੇਵਲ ਜੀ ਨੇ ਕਿਹਾ ਨਾ ਕਿ ਇਨਕੁਆਇਰੀ ਕਰਨ ਦੀ ਲੋੜ ਨਹੀਂ, ਲੋੜ ਹੈ AICC ਤੋਂ, ਇੱਥੇ ਲੋੜ ਨਹੀਂ, ਇੱਥੇ ਜੀਤਮਿੰਦਰ ਨੂੰ ਸਾਰਾ ਕੁਛ ਪਤਾ। ਪਿਛਲੇ 30 ਸਾਲ ਹੋ ਗਏ ਮੈਨੂੰ ਲੋਕਾਂ 'ਚ ਵਿਚਰਦਿਆਂ, ਅਤੇ ਇਕੱਲਾ ਬਠਿੰਡਾ ਸ਼ਹਿਰ ਹੀ ਨਹੀਂ, ਮੈਨੂੰ ਦੂਜੇ 8 ਹਲਕਿਆਂ ਦਾ ਵੀ ਸਾਰਾ ਗਿਆਨ ਹੈ ਕਿ ਕੀ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਕਿਹਨੇ ਕੀਤਾ, ਇਹ ਵੀ ਪਤਾ। ਪਰ ਗੱਲ ਇੰਨੀ ਆ ਜਾਂਦੀ ਅੱਜ, ਦੇਖੋ ਜੇ ਤਾਂ ਬੰਦਾ ਜਿੱਤ ਜਾਂਦਾ ਸਾਰਾ ਕੁਛ ਢੱਕ ਜਾਂਦਾ, ਢੱਕਿਆ ਜਾਂਦਾ ਕਿ ਨਹੀਂ ਢੱਕਿਆ ਜਾਂਦਾ, ਸਭ ਕੁਛ ਸਾਰਾ ਕੁਛ ਚੰਗਾ ਹੋਣ ਲੱਗ ਜਾਂਦਾ ਵੀ ਤੂੰ ਵੀ, ਜਿਹੜੇ ਨਹੀਂ ਵੀ ਕੀਤਾ ਸਭ ਤੋਂ ਅੱਗੇ ਝੰਡਾ ਚੱਕ ਕੇ ਉਹੀ ਕਹਿੰਦਾ ਜਿੰਦਾਬਾਦ। ਮੈਂ ਤਾਂ ਦੇਖਿਆ ਸਭ ਤੋਂ ਪਹਿਲਾਂ ਉਹ ਅੱਗੇ ਹੋਊਗਾ। ਪਰ ਜਿਵੇਂ ਆਪਣੇ ਨਾਲ ਹੋਈ ਗੁਰੂ ਮਹਾਰਾਜ ਦੀ, ਦੇਖੋ ਤੁਸੀਂ ਮਿਹਨਤ ਕੀਤੀ, ਮੈਂ ਸਮਝਦਾ ਕਿ ਸ਼ਾਇਦ ਮੇਰੀ ਕਿਸਮਤ 'ਚ ਹੈ ਨਹੀਂ ਸੀ MP ਬਣਨਾ, ਨਹੀਂ ਤਾਂ ਜਿਸ ਚਾਹਣ ਨਾਲ ਇਲੈਕਸ਼ਨ ਤੁਸੀਂ ਅਤੇ ਮੈਂ ਲੜਿਆ, ਅਤੇ ਮੇਰੀ ਸੋਚ ਸੀ ਕਿ ਲੈ ਐਤਕੀ ਜ਼ਰੂਰ ਬਠਿੰਡੇ, ਇਕੱਲੇ ਸ਼ਹਿਰ ਨੂੰ ਨਹੀਂ, ਬਠਿੰਡੇ ਪਾਰਲੀਮੈਂਟ ਨੂੰ ਇਹੋ ਜਿਹਾ MP ਦੇਵਾਂਗੇ ਜਿਹੜਾ ਲੋਕੀ ਕਹਿ ਸਕਣ ਵੀ ਸਾਡਾ MP ਹੈ ਅਤੇ ਸਾਡੇ ਕੰਮ ਕਰਦਾ। ਕਿਉਂਕਿ ਪਿਛਲੇ 15 ਸਾਲ ਮੈਨੂੰ ਕੋਈ ਸੰਕੇਤ ਨਹੀਂ ਇਸ ਚੀਜ਼, 15 ਸਾਲ ਆਪਾਂ ਨੂੰ MP ਜ਼ਰੂਰ ਮਿਲਦੇ ਰਹੇ ਨੇ, ਪਰ ਉਹ ਲੋਕਾਂ ਦੇ MP ਨਹੀਂ ਸੀ। ਉਹਨਾਂ ਨੇ ਲੋਕਾਂ ਪ੍ਰਤੀ ਕੋਈ ਕੰਮ ਨਹੀਂ ਕੀਤਾ, ਲੋਕਾਂ ਪ੍ਰਤੀ ਕੋਈ ਉਹਨਾਂ ਦੀ ਸਾਂਝ ਨਹੀਂ ਸੀ। ਮੈਂ ਆਪਣੇ ਆਪ ਨੂੰ ਇਹ ਸਮਝਦਾ ਸੀ ਕਿ ਮੇਰੇ ਕੋਲ ਸ਼ਾਇਦ ਇੱਕ ਇਹ ਮੌਕਾ ਮਿਲੂਗਾ ਜਿਹਦੇ ਵਿੱਚ ਮੈਂ ਇੱਕ ਇਹ ਗੱਲ ਜ਼ਰੂਰ ਕਰਕੇ ਦਿਖਾਉਣਾ ਚਾਹੁੰਦਾ ਸੀ ਕਿ MP ਕਿਹੜੇ ਕਿਹੜੇ ਕੰਮ ਕਿਵੇਂ ਉਹ ਕਰਵਾ ਸਕਦਾ। ਚਲੋ ਰੱਬ ਨੂੰ ਨਹੀਂ ਮਨਜ਼ੂਰ ਸੀ ਕੋਈ ਕੁਝ, ਪਰ ਮੈਨੂੰ ਕਿਸੇ 'ਤੇ ਕੋਈ ਗਿਲਾ ਨਹੀਂ, ਕਿਸੇ 'ਤੇ ਕਿਸੇ ਨਾਲ ਕੋਈ ਸ਼ਿਕਾਇਤ, ਸੱਚੀ ਦੱਸਾਂ ਕੋਈ ਕੁਛ ਕਹੀ ਜਾਵੇ, ਪਰ ਮੈਨੂੰ, ਮੈਂ ਸਮਝਦਾ ਮੈਨੂੰ ਕਿਸੇ ਤੁਹਾਡੇ 'ਤੇ ਜਿਹੜੇ ਇੱਥੇ ਆਏ ਨੇ ਉਹਨਾਂ 'ਤੇ ਕਿਸੇ 'ਤੇ ਕੋਈ ਸ਼ਿਕਾਇਤ ਨਹੀਂ, ਜਿਹੜੇ ਨਹੀਂ ਵੀ ਆਏ ਉਹ ਵੀ ਮੇਰੇ ਕੋਲ ਲਿਸਟ ਹੈ, ਉਹ ਵੀ ਮੇਰੇ ਕੋਲ ਲਿਸਟ ਹੈ, ਜਿਹੜੇ ਅੱਜ ਵੀ ਨਹੀਂ ਆਏ ਅਤੇ ਇਲੈਕਸ਼ਨਾਂ 'ਚ ਵੀ ਨਹੀਂ ਆਏ, ਜਿਹੜੇ ਅੱਜ ਵੀ ਨਹੀਂ ਆਏ, ਮੇਰੀ ਗੱਲ ਗੌਰ ਨਾਲ ਸੁਣ ਲਿਓ, ਜਿਹੜੇ ਅੱਜ ਵੀ ਨਹੀਂ ਆਏ ਅਤੇ ਇਲੈਕਸ਼ਨਾਂ 'ਚ ਵੀ ਨਹੀਂ ਆਏ, ਉਹ ਵੀ ਮੇਰੇ ਕੋਲ ਲਿਸਟ ਹੈ, ਕੋਈ ਗੱਲ ਨਹੀਂ। ਉਹ ਲਿਸਟ ਜਿਵੇਂ ਕਹਿੰਦੇ ਨਾ ਲੈਮੀਨੇਟ ਕਰਾ ਕੇ ਰੱਖੀ ਹੋਈ ਹੈ, ਜਿੱਦਣ ਮੌਕਾ ਮਿਲਿਆ ਉਦਣ ਜੀਤ ਮਿੰਦਰ
ਮੈਨੂੰ ਦੱਸੂ ਕਿ ਜਿਹੜੇ ਮੇਰੇ ਨਾਲ ਕੀਤੀ ਨਾ ਕਾਂਗਰਸ ਪਾਰਟੀ ਨਾਲ ਕੀਤੀ, ਉਹਨੂੰ ਉਸ ਚੀਜ਼ ਦਾ ਕਿਸੇ ਨਾ ਕਿਸੇ ਟਾਈਮ ਭੁਗਤਣਾ ਹੀ ਪੈਣਾ। ਇਹ ਚੀਜ਼ਾਂ ਬਖਸ਼ੀਆਂ ਨਹੀਂ ਜਾਣਗੀਆਂ। ਜੀ ਦਵਿੰਦਰ ਤਾਂ ਕਦੇ ਅੱਜ ਤੱਕ ਬਖਸ਼ਿਆ ਨਹੀਂ ਕਿਸੇ ਨੂੰ, ਨਾ ਹੀ ਅੱਗੇ ਬਖਸ਼ੂਗਾ। ਪਰ ਮੌਕਾ ਮਿਲੂਗਾ ਤਾਂ ਕੁਛ ਕਰਾਂਗੇ, ਨਹੀਂ ਤਾਂ ਚੁੱਪ ਬੈਠੇ ਆ। ਕਿਉਂ? ਕਿਉਂਕਿ ਮੈਂ ਹਮੇਸ਼ਾ ਹੀ ਸੋਚਿਆ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਤੇ ਮੈਨੂੰ ਇੱਕ ਖੁਸ਼ੀ ਜ਼ਰੂਰ ਹੈ। ਔਖੇ ਸੌਖੇ ਸਮਾਂ ਲੱਗਿਆ, ਪਰ ਬਠਿੰਡੇ 'ਚ ਚੰਦ ਲੋਕਾਂ ਨੂੰ ਛੱਡ ਕੇ ਸਾਰੀ ਕਾਂਗਰਸ ਇਕੱਠੀ ਕਰਤੀ, ਉਹ ਜੀਤ ਮਿੰਦਰ ਨੇ। ਕੋਈ ਸੌਖਾ ਕੰਮ ਨਹੀਂ ਸੀ, ਕਿਉਂਕਿ ਜਿੱਦਣ ਟਿਕਟ ਲੈ ਕੇ ਇੱਥੇ ਇਕੱਠੇ ਹੋਏ ਆਪਾਂ, ਇੱਥੇ ਆਪਾਂ ਸ਼ੁਰੂਆਤ ਕੀਤੀ ਸੀ। ਮੈਨੂੰ ਰਾਜਨ ਕਹਿੰਦਾ ਕਿ ਮੈਂ ਜਦੋਂ ਇਹਨੂੰ ਕਿਹਾ ਨਾ ਮੀਟਿੰਗ ਰੱਖੋ, ਕਹਿੰਦੇ ਕਾਹਦੀ? ਮੈਂ ਕਿਹਾ ਮੈਂ ਧੰਨਵਾਦ ਕਰਨਾ ਲੋਕਾਂ ਨੂੰ, ਆਪਦੇ ਵਰਕਰ ਦਾ। ਮੈਨੂੰ ਲੋੜ ਵੀ ਨਹੀਂ ਸੀ, ਮੈਂ ਇਹ ਵੀ ਕਹਿ ਸਕਦਾ ਸੀ ਯਾਰ ਚੱਲ ਇਲੈਕਸ਼ਨ ਹੋ ਗਿਆ, ਨਹੀਂ ਕਾਮਯਾਬ ਹੋਏ ਬੋਰੀਆ ਬਿਸਤਰਾ ਬਣ ਕੇ ਚੰਡੀਗੜ੍ਹ ਜਾਂਦਾ, 6 ਮਹੀਨੇ ਬਾਅਦ ਵਾਪਸ ਆਉਂਦਾ। ਹੁਣ ਕੋਈ ਕੰਮ ਵੀ ਹੈ ਨਹੀਂਗਾ, ਜੇ ਦੇਖਿਆ ਜਾਵੇ ਮੈਨੂੰ ਦੱਸੋ, ਹੁਣ ਕੋਈ ਕੰਮ ਤਾਂ ਹੈ ਨਹੀਂ, ਕੋਈ ਸਿਆਸੀ ਤੌਰ 'ਤੇ ਕੰਮ ਹੈ ਨਹੀਂਗਾ। ਇਹੀ ਹੈ ਨਾ ਕਿ ਆ ਕੇ ਤੁਸੀਂ ਦੁੱਖ ਸੁੱਖ 'ਚ ਕਿਸੇ ਨੂੰ ਮਿਲ ਲਓ, ਕਰ ਲਓ, ਜਾਂ ਮੈਂ ਬਠਿੰਡੇ ਬੈਠਾ ਰਹਾਂ, ਤੁਸੀਂ ਆ ਜਾਓ, ਚਾਹ ਤਾਂ ਕੱਪ ਪੀ ਲਓ, ਹੋਰ ਤਾਂ ਕੋਈ ਸਿਆਸੀ ਤੌਰ 'ਤੇ ਕੰਮ ਨਹੀਂ। ਪਰ ਨਹੀਂ, ਮੈਂ ਆਪਦਾ ਇਖਲਾਕੀ ਫਰਜ਼ ਸਮਝਿਆ ਕਿ ਮੈਂ ਚੰਡੀਗੜ੍ਹ ਉਦਣ ਜਾਊਂਗਾ ਜਿੱਦਣ ਮੈਂ ਬਠਿੰਡੇ ਵਾਲਿਆਂ ਦਾ ਧੰਨਵਾਦ ਕਰ ਚੁੱਕਾ, ਅਤੇ ਹੁਣ ਥੋੜ੍ਹਾ ਧੰਨਵਾਦ ਕਰਤਾ। ਇਸ ਤੋਂ ਬਾਅਦ ਹੁਣ ਮੈਂ ਸਾਰੇ 8 ਦੇ 8 ਹਲਕਿਆਂ ਦਾ ਪ੍ਰੋਗਰਾਮ ਬਣਾ ਲਿਆ, ਸਾਰੇ ਹਲਕਿਆਂ 'ਚ ਕਾਂਗਰਸ ਪਾਰਟੀ ਦੇ ਆਪਦੇ ਵਰਕਰਾਂ ਦਾ ਮੈਂ ਧੰਨਵਾਦ ਕਰੂੰਗਾ, ਇਹ ਮੈਂ ਠਾਣ ਲਈਏਗਾ। Subscribe to One India channel and never miss an update.